ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਲੂ ਦਾ ਚੀਲਾ ਬਣਾਉਣੀ ਆ ਇਹਨੂੰ ਆਪਾਂ ਕੱਦੂਕਸ਼ ਕਰਾਂਗੇ ਇਹ ਕੱਦੂਕਸ਼ ਕਰਕੇ ਫਿਰ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਥੋੜ੍ਹਾ ਜਿਹਾ ਪਿਆਜ਼ ਪਾਵਾਂਗੇ ਹਰੀ ਮਿਰਚ ਪਾਵਾਂਗੇ ਸੂਜੀ ਪਾਵਾਂਗੇ ਬੇਸਣ ਪਾਵਾਂਗੇ ਔਰ ਥੋੜ੍ਹਾ ਜਿਹਾ ਮੱਕੀ ਦਾ ਆਟਾ ਪਾਵਾਂਗੇ ਅਤੇ ਹੁਣ ਮੈਂ ਆਲੂ ਕੱਦੂਕਸ਼ ਕਰ ਲੈਂਦੀ ਹਾਂ ਅਤੇ ਫਿਰ ਮੈਂ ਇਹਨੂੰ ਬਣਾਉਣਾ ਸ਼ੁਰੂ ਕਰਦੀ ਹਾਂ ਹੁਣ ਮੈਂ ਆਲੂ ਦਾ ਪਾਣੀ ਜਿਹੜਾ ਸਾਰਾ ਨਿਚੋੜ ਲਿਆ ਔਰ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਹਾਂ ਹਰੀ ਮਿਰਚ ਪਾਉਂਦੇ ਹਾਂ ਟਮਾਟਰ ਪਾਉਂਦੇ ਹਾਂ ਔਰ ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਬੇਸਣ ਪਾਵਾਂਗੇ ਮੱਕੀ ਦਾ ਆਟਾ ਪਾਵਾਂਗੇ ਥੋੜੀ ਜਿਹੀ ਸੂਜੀ ਪਾਵਾਂਗੇ ਵਧੀਆ ਕ੍ਰਿਸਪੀ ਬਣਦੇ ਆ ਸਵਾਦ ਅਨੁਸਾਰ ਲੂਣ ਪਾਵਾਂਗੇ ਆਪਾਂ ਕਿਉਂਕਿ ਹੋਰ ਕੋਈ ਮਸਾਲਾ ਨਹੀਂ ਪਾਉਣਾ ਹੈਗਾ ਆਪਾਂ ਇਹ ਸਿਰਫ ਸਿੰਪਲ ਇਸ ਤਰ੍ਹਾਂ ਹੀ ਬਣਾਉਣੇ ਆ ਜੇ ਤੁਸੀਂ ਚਾਹੋ ਇਹਦੇ ਵਿੱਚ ਤੁਸੀਂ ਗਾਜਰਾਂ ਵੀ ਕੱਦੂਕਸ਼ ਕਰ ਸਕਦੇ ਹਾਂ ਅਤੇ ਪਨੀਰ ਵੀ ਪਾ ਸਕਦੇ ਹਾਂ ਪਰ ਆਪਾਂ ਇਸ ਤਰ੍ਹਾਂ ਹੀ ਦੋ ਤਿੰਨ ਚੀਜ਼ਾਂ ਦਾ ਬਣਾਇਆ ਤਿੰਨ ਆਲੂ ਦਾ ਆਪਾਂ ਬਣਾਉਣੇ ਜੇ ਚੀਲਾ ਅਤੇ ਦੋ ਤਿੰਨ ਬੰਦੇ ਆਰਾਮ ਨਾਲ ਇਹਨੂੰ ਖਾ ਸਕਦੇ ਆ ਆਪਾਂ 2 ਮਿੰਟ ਇਸ ਤਰ੍ਹਾਂ ਰੱਖਾਂਗੇ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਪਾਣੀ ਆਪਾਂ ਮਾੜਾ ਵੀ ਨਹੀਂ ਪਾਉਣਾ ਹੈਗਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਬਣਾਉਣਾ ਹੈ ਕਿਉਂਕਿ ਤੁਹਾਡੀ ਮਰਜ਼ੀ ਹੈ ਤੁਸੀਂ ਚਾਹੋ ਤਾਂ ਇਹਨੂੰ ਰੋਟੀ ਜਿੰਨਾ ਵੀ ਬਣਾ ਸਕਦੇ ਹਾਂ ਪਰ ਇੱਦਾਂ ਛੋਟਾ ਜਿਹਾ ਸੋਹਣਾ ਲੱਗਦਾ ਇਹ ਵਾਲਾ ਤੁਸੀਂ ਚਾਹੋ ਤਾਂ ਤਿੰਨੋਂ ਇੱਕ ਵਾਰੀ ਵੀ ਪਾ ਸਕਦੇ ਹਾਂ ਆਪਾਂ 2 ਪਾਵਾਂਗੇ ਕਿਉਂਕਿ ਜ਼ਿਆਦਾ ਮੋਟਾ ਜਿਹਾ ਨਹੀਂ ਇਹਨੂੰ ਬਣਾ ਹੁਣੇ ਬਣ ਕੇ ਤਿਆਰ ਆਹ ਵਾਲਾ ਹੋ ਚੱਲਾ ਆ ਆਹ 2 ਰਹਿੰਦੇ ਆ ਇਹਨਾਂ ਨੂੰ ਆਪਾਂ 2 ਮਿੰਟ ਇਸ ਤਰ੍ਹਾਂ ਫਰਾਈ ਕਰਦੇ ਹਾਂ ਫਿਰ ਆਪਾਂ ਇਹਨਾਂ ਨੂੰ ਖਾਣ ਲਈ ਰੱਖਦੇ ਹਾਂ ਹੁਣ ਆਪਾਂ ਸੌਸ ਤਿਆਰ ਕਰਦੇ ਹਾਂ ਇਹ ਮੈਂ ਮੇਅਨੀਜ਼ ਲਈ ਆ ਇਹ ਕੈਚਅਪ ਕਹਿ ਸਕਦੇ ਆਪਾਂ 2 ਚਮਚੇ ਮੇਅਨੀਜ਼ ਲਈ ਆ 2 ਚਮਚੇ ਆਪਾਂ ਕੈਚਅਪ ਦੇ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਸੌਸ ਤਿਆਰ ਹੋ ਗਈ ਹੈ
ਇਹਦੇ ਉੱਪਰ ਆਪਾਂ ਥੋੜ੍ਹੀ ਜਿਹੀ ਰੈੱਡ ਚਿਲੀ ਇਸ ਤਰ੍ਹਾਂ ਕਰ ਦਾਂਗੇ ਅਤੇ ਹੁਣ ਆਪਾਂ ਪਲੇਟ ਤਿਆਰ ਕਰਦੇ ਹਾਂ।